ਮੈਨੂੰ ਜੀ ਫੋਨ ਆਇਆ 7:30 ਵਜੇ ਮੇਰੇ ਬ੍ਰਦਰ ਦਾ ਕਿ ਇਦਾਂ ਦਾ ਗੱਲ ਹੋਈ ਹੈ, ਤੁਸੀਂ ਜਾ ਕੇ ਦੇਖੋ ਵੀ ਸੱਚੀ ਗੱਲ ਹੈ। ਤੇ ਮੈਂ ਜਿਹੜੇ ਨਹਿਰ ਮਹਿਕਮੇ ਨਾਲ ਇਹਨਾਂ ਮੁੰਡੇ ਨਾਲ ਕੰਮ ਕਰਦੇ ਸੀ, ਮੈਨੂੰ ਕਿਸੇ ਇੱਕ ਦਾ ਨੰਬਰ ਸੀਗਾ, ਮੈਂ ਫੋਨ ਕੀਤਾ, ਉਹ ਕਹਿੰਦਾ ਕਿ ਇਦਾਂ ਦਾ ਨਹਿਰ ਤੇ ਕੰਮ ਕਰਦੇ ਪਏ ਸੀਗੇ ਤੇ ਪੈਸ ਸਲਿੱਪ ਕੀਤਾ ਸੀ ਗਿਰਜਾ ਦੇ, ਮਿਲਦਾ ਨਹੀਂ ਪਿਆ। ਤੇ ਮੈਂ ਉਸੇ ਵੇਲੇ ਅਸੀਂ ਆਏ, ਮੈਂ 2-3 ਮੁੰਡੇ ਹੋਰ ਇਕੱਠੇ ਕੀਤੇ, ਅਸੀਂ ਲੱਭਣਾ ਸ਼ੁਰੂ ਕਰਤਾ। ਫਿਰ ਜਦੋਂ ਸਾਨੂੰ ਨਹੀਂ ਮਿਲਿਆ ਤੇ ਅਸੀਂ ਮੁੰਡੇ ਤੇ ਪ੍ਰੈਸ਼ਰ ਪਾਇਆ, ਜਿਹਨੂੰ ਮੈਂ ਫੋਨ ਕੀਤਾ ਸੀਗਾ, ਮੈਂ ਪ੍ਰੈਸ਼ਰ ਪਾਇਆ, ਮੈਂ ਕਿਹਾ ਯਾਰ ਮੈਨੂੰ ਸੱਚੀ ਗੱਲ ਦੱਸੋ, ਨਹੀਂ ਤਾਂ ਫਿਰ ਮੈਂ ਆਰ ਪਾਰ ਦੀ ਗੱਲ ਕਰੂੰਗਾ। ਦੇਖੋ ਮੈਨੂੰ ਗੁੱਸੇ ਸੀਗਾ, ਮੈਂ ਬੋਲਤਾ। ਉਹਨਾਂ ਨੇ ਮੈਨੂੰ ਜਵਾਬ ਦਿੱਤਾ ਜੀ ਅਸੀਂ ਖਾਧੀ ਪੀਤੀ ਸੀਗੀ ਤੇ ਭਾਂਡੇ ਧੋਣ ਬੜਿਆ, ਪੈਸ ਸਲਿੱਪ ਕਰ ਗਿਆ, ਮੁੜ ਕੇ ਬਾਹਰ ਨਹੀਂ ਆਇਆ। ਜਿਹੜਾ ਮੈਨੂੰ ਉਸ ਬੰਦੇ ਨੇ ਉਸ ਵੇਲੇ ਮੌਕੇ ਦੱਸਿਆ, ਕਿੰਨੇ ਬੰਦੇ ਸੀਗੇ ਇਹਨੇ ਮੌਕੇ ਤੇ? ਸਾਨੂੰ 6 ਬੰਦੇ ਦੱਸੇ ਸੀਗੇ, ਕਹਿੰਦੇ 6 ਬੰਦੇ ਸੀਗੇ ਜਿਹੜੇ ਖਾ ਪੀ ਕੇ ਥੋੜੇ ਸੈੱਟ ਹੁੰਦੇ ਗਏ ਜਾਂਦੇ ਗਏ ਤੇ ਅਸੀਂ 3 ਜਣੇ ਰਹਿ ਗਏ ਜਿਹੜੇ ਭਾਂਡੇ ਭੁੰਡੇ ਧੋਣ ਲੱਗ ਪਏ ਸੀ। ਜਦੋਂ ਤੁਸੀਂ ਮੌਕੇ ਤੇ ਪਹੁੰਚ ਕੇ ਪਹਿਲ ਦੇ ਆਧਾਰ ਤੇ ਤੁਹਾਨੂੰ ਕੀ ਲੱਗਾ ਕਿ ਇਹ ਐਕਸੀਡੈਂਟਲ ਡੈਥ ਹੈ ਜਾਂ ਫਿਰ ਕੁਝ ਹੋ ਗਿਆ? ਫਿਰ ਪਹਿਲੇ ਤਾਂ ਸਾਨੂੰ ਇਹੀ ਨਹੀਂ ਪਤਾ ਸੀਗਾ ਕਿ ਇੱਦਾਂ ਦਾ ਕੁਝ ਹੋਇਆ, ਸਾਨੂੰ ਯਕੀਨ ਨਹੀਂ ਸੀਗਾ ਇੱਦਾਂ ਦਾ ਕੁਝ ਹੋ ਵੀ ਸਕਦਾ। ਤੇ ਜਦੋਂ 3 ਬੰਦਾ ਸਾਡਾ ਨਹੀਂ ਮਿਲਿਆ, ਬ੍ਰਦਰ ਸਾਡਾ ਨਹੀਂ ਮਿਲਿਆ, ਤਾਂ ਅਸੀਂ ਮੌਕੇ ਤੇ ਫਿਰ ਸਾਰੇ ਕਰਵਾਈ ਥਾਣੇ ਪਹੁੰਚੇ, ਇਹਨਾਂ ਨੂੰ ਬੁਲਾਇਆ, ਫਿਰ ਜਾ ਕੇ ਜਾਂਚ ਪੜਤਾਲ ਕੀਤੀ ਹੈ, ਫਿਰ ਨਹਿਰ ਮਹਿਕਮੇ ਨਾਲ ਗੱਲ ਕਰਕੇ ਤੇ ਆਪਣਾ ਜਿਹੜਾ 1 ਨੰਬਰ ਗੇਟ ਹੈਗਾ ਉੱਥੇ ਜਾ ਕੇ ਅਸੀਂ ਕੋਸ਼ਿਸ਼ ਕੀਤੀ ਹੈ, ਸਾਨੂੰ ਉੱਥੇ ਜਿਹੜੀ ਇਹਨਾਂ ਦੀ ਡੈਡਬੋਡੀ ਮਿਲੀ ਹੈ। ਖੂਨ ਜੰਮਿਆ ਹੈਗਾ, ਉਹਨੂੰ ਆਪਾਂ ਦੇਖੀਏ ਤੇ ਜੇ ਖੂਨ ਜੰਮਿਆ ਤਾਂ ਨਹਿਰ ਚ ਫੜ ਲੱਗਦੀ ਤੇ ਖੂਨ ਜੰਮਣਾ ਨੀ ਸੀਗਾ, ਤੇ ਸਾਨੂੰ ਤਾਂ ਦੇਖੋ ਜੀ ਸ਼ੱਕ ਇਹੀ ਹੈ ਕਿ ਕਤਲ ਕੀਤਾ ਗਿਆ, ਪ੍ਰੋਪਰ ਜਾਣਦਾ, ਆਰ ਪਾਰ ਕਰਦਾ ਸੀ, ਨਹਿਰ ਮਹਿਕਮੇ ਦਾ ਕੰਮ ਕਰਦਾ, ਮਹਿਕਮੇ ਨੇ ਖੁਦ ਕਬੂਲ ਕੀਤਾ ਕਿ ਕੋਈ ਲੋੜ ਪੈਂਦੀ ਨਹਿਰ ਚ ਇੱਕਦਾ ਵੀ ਸੀਗਾ, ਤਾਰ ਪ੍ਰੋਪਰ ਤਰਾਕ ਹੈਗਾ ਜੀ। ਹੁਣ ਸਾਡੀ ਵੀ ਮੰਗ ਇਹੀ ਹੈ ਕਿ ਸਾਡੇ ਜੋ ਵੀ ਹੈ ਬੰਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ਼ ਦਿੱਤਾ ਜਾਵੇ ਜੀ। ਨਹਿਰ ਦੇ ਕਿਨਾਰੇ ਤੋਂ ਨਹਿਰ ਵਿੱਚੋਂ ਡੈਡ ਬੋਡੀ ਮਿਲੀ ਆ, ਉਹ ਲੇਬਰ ਕੰਮ ਕਰਦੀ ਸੀ ਨਹਿਰ ਦੇ ਕਿਨਾਰੇ ਜੀ, ਠੇਕੇਦਾਰ ਦੀ ਲੇਬਰ ਸੀਗੀ, ਉਹਦੇ ਵਿੱਚੋਂ ਇੱਕ 7ਵਾਂ ਦਾ ਨੌਜਵਾਨ ਸੀ ਅੰਕੁਸ਼ ਰਾਣਾ, ਸਨ ਆਫ ਮਦਨ ਲਾਲ, ਇਹ ਅਚਾਨਕ ਨਹਿਰ ਵਿੱਚ ਡਿੱਗਣ ਕਰਕੇ ਇਹਦੀ ਮੌਤ ਹੋ ਗਈ ਆ, ਜਿਸ 'ਤੇ ਇਸਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ 174 CRPC ਦੀ ਕਾਰਵਾਈ ਉਹਨਾਂ ਵਿੱਚ ਲਿਆਂਦੀ ਗਈ ਆ, ਜੋ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਉਹਦੇ ਮੌਤ ਦੇ ਪ੍ਰਤੱਖ ਕਾਰਨਾਂ ਬਾਰੇ ਪਤਾ ਚੱਲਣ 'ਤੇ ਜੋ ਹੈ ਉਹ ਅਗਲੀ ਕਾਰਵਾਈ ਉਹਨਾਂ 'ਚ ਲਿਆਂਦੀ ਜਾਵੇ।